ਧੀਆਂ ਦਾ ਸਤਿਕਾਰ ਤਾਂ ਪੂਰੇ ਵਿਸ਼ਵ ਦੇ ਵਿੱਚ ਧੀਆਂ ਦੇ ਸਤਿਕਾਰ ਦੇ ਵਿੱਚ ਕਦੇ ਕਮੀ ਨਹੀਂ ਆਈ। ਹਮੇਸ਼ਾ ਹੀ ਧੀਆਂ ਦਾ ਜਿਹੜਾ ਬਣਦਾ ਮਾਨ ਸਮਾਨ ਆ, ਜਿਸ ਘਰ ਦੇ ਵਿੱਚ ਧੀ ਨਹੀਂ ਉੱਥੇ ਸੰਸਕਾਰ ਨਹੀਂ ਗੇ, ਧੀ ਤੋਂ ਬਿਨਾਂ ਬੰਦਾ ਬਣ ਜਾਵਾ। ਮਾਲਵਾ ਸੱਭਿਆਚਾਰਕ ਮੰਚ ਵੱਲੋਂ ਅੱਜ 28ਵਾਂ ਧੀਆਂ ਦਾ ਲੋਹੜੀ ਮੇਲਾ ਬੜੀ ਸ਼ਰਧਾ ਦੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਇਹਦੀ ਰੱਜ ਕੇ ਸ਼ਲਾਘਾ ਕਰਦਾ ਕਿਉਂਕਿ ਬਹੁਤ ਵਧੀਆ ਉਪਰਾਲਾ। ਆਓ ਆਪਾਂ ਵੱਧ ਚੜ ਕੇ ਧੀਆਂ ਦੇ ਇਸੇ ਤਰ੍ਹਾਂ ਮੇਲੇ ਮਨਾਈਏ। ਧੀਆਂ ਦਾ ਜਿੱਥੇ ਯੋਗਦਾਨ ਹੋਊਗਾ ਉੱਥੇ ਸਟੇਟ ਤੇ ਦੇਸ਼ ਦੀ ਵੀ ਤਰੱਕੀ ਹੋਊਗੀ। ਹਮੇਸ਼ਾ ਧੀਆਂ ਦਾ ਮਾਨ ਸਨਮਾਨ ਕਰੋ। ਪਿਛਲੀ ਵਾਰੀ 50 ਕੀਤੇ ਸੀਗੇ ਤੇ ਇਸ ਵਾਰੀ ਲੋਕਾਂ ਦੀ ਡਿਮਾਂਡ ਜ਼ਿਆਦਾ ਸੀ, 100 ਤੋਂ ਕਰਦੇ ਕਰਦੇ 125 ਤੇ ਆ ਗਏ। ਹੁਣ 125 ਨਵ ਜਨਮੀਆਂ ਬੱਚਿਆਂ ਨੂੰ ਜਿੱਥੇ ਮਾਨ ਸਨਮਾਨ ਮਿਲਿਆ, ਉਹਨਾਂ ਦੀਆਂ ਮਾਤਾਵਾਂ ਨੂੰ ਵੀ ਮਾਨ ਸਨਮਾਨ ਮਿਲਿਆ। ਛੋਟਾ ਜਿਹਾ ਅਸੀਂ ਉਪਰਾਲਾ ਕਰਦੇ ਹਾਂ ਆਪਣੇ ਵੱਲੋਂ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਵੀ ਲੋਕਾਂ ਨੂੰ ਸੇਧ ਦਿੱਤੀ ਜਾਵੇ ਵੀ ਭਾਈ ਕੁੜੀਆਂ ਦਾ ਮਾਣ ਸਤਿਕਾਰ ਕਰੋ, ਕੁੜੀਆਂ ਨੂੰ ਚੰਗੀ ਐਜੂਕੇਟ ਕਰੋ ਬੱਚਿਆਂ ਨੂੰ, ਤਾਂ ਜੋ ਕੁੜੀਆਂ ਮੁੰਡਿਆਂ ਦੇ ਬਰਾਬਰ ਆਪਣਾ ਹੱਕ ਹਕੂਕ ਲੈਣ ਦੇ ਲਈ ਕਾਬਲ ਹੋ ਸਕਣ। ਸਤਿ ਸ਼੍ਰੀ ਅਕਾਲ ਜੀ, ਸੁਰਖਾਤ ਤੇ ਰਹਿਮਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਬੀਰ ਰਾਹੀ। ਮੁੰਡਿਆਂ ਦੀ ਲੋਹੜੀ ਤੇ ਅਕਸਰ ਮਨਾਈ ਜਾਂਦੀ ਹੈ, ਲੇਕਿਨ ਕੁੜੀਆਂ ਦੀ ਲੋਹੜੀ ਜੋ ਹੈ ਕੋਈ ਕੋਈ ਹੀ ਮਨਾਉਂਦਾ ਹੈ, ਲੇਕਿਨ ਪੰਜਾਬ ਵਿੱਚ ਇੱਕ ਰਿਵਾਜ਼ ਹੁਣ ਨਵਾਂ ਜਿਹਾ ਚੱਲ ਗਿਆ ਕਿ ਧੀਆਂ ਦੀ ਲੋਹੜੀ ਜਿਹੜੀ ਹੈ ਉਹ ਵੀ ਮਨਾਈ ਜਾਣੀ ਚਾਹੀਦੀ ਹੈ। ਤੇ ਲੁਧਿਆਣਾ ਦੀ ਗੱਲ ਕਰੀਏ ਤੇ ਲੁਧਿਆਣਾ ਦੇ ਵਿੱਚ ਮਾਲਵਾ ਸੱਭਿਆਚਾਰਕ ਮੰਚ ਵੱਲੋਂ 125 ਧੀਆਂ ਦੀ ਨਵਜੰਮੀਆਂ ਜਿਹੜੀਆਂ ਬੱਚਿਆਂ ਉਹਨਾਂ ਦੀ ਲੋਹੜੀ ਜਿਹੜੀ ਹੈ ਗੁਰੂ ਨਾਨਕ ਭਵਨ ਵਿੱਚ ਇੱਕ ਲੋਹੜੀ ਮੇਲਾ ਆਯੋਜਿਤ ਕਰਕੇ ਮਨਾਈ ਜਾ ਰਹੀ ਹੈ, ਜਿਸ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਜਿੱਥੇ ਨੁਮਾਇੰਦੇ ਪਹੁੰਚੇ ਨੇ ਉੱਥੇ ਹੀ ਲੁਧਿਆਣਾ ਤੇ ਹੋਰ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹ ਪਹੁੰਚੇ ਹੋਏ ਨੇ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਉਹ ਉਤਸ਼ਾਹ ਦੇ ਨਾਲ ਲੋਹੜੀ ਦਾ ਇਹ ਫੰਕਸ਼ਨ ਮਨਾ ਰਹੇ ਨੇ। ਮੇਰੀ ਅਮਰੀ ਰਾਜਾਇਆ ਇਸ ਧਾਰਾ ਲੈ ਕੇ ਆਇਆ, ਸਭ ਆਂਡਣਾ ਗਵਾਂਡਣਾ ਨੂੰ ਦੇਖ ਮੈਂ ਦਿਖਾਇਆ। ਤੇਰੇ ਵੀਰ ਦੀ ਸਲਾਹ ਸੁਣਦੀ, ਤੇਰੇ ਵੀਰ ਦੀ ਸਲਾਹ ਸੁਣਦੀ, ਮੈਂ ਜਿੱਤ ਰੋਂਦੀ ਲੰਘਾ ਵੀਰ ਤੇਰਾ ਸੋਹਣੇ ਦੀ ਜ਼ੰਜੀਰੀ ਵਾਲਾ ਕੁੜਤਾ, ਮੈਂ ਕਿਹੜੀ ਕਿੰਨੀ ਚੰਗਾ ਵੀਰ ਬਹੁਤ ਵਧੀਆ।
ਕਮਲ ਜੇਤਲੀ ਜੀ, ਮੈਂ ਹੁਣ ਲੈ ਵੀ ਸ਼ਾਲ ਹੋ ਗਏ, ਸੂਟ ਹੋ ਗਏ, ਉਹ ਸੰਜੇ ਕਿੱਥੇ ਬਈ? ਸੰਜੇ ਦੀਪਕ ਬਿਲਡਰ ਵੱਲੋਂ ਆ ਇਹ ਸੇਵਾ ਤੇ ਇਹ ਸੇਵਾ ਸਾਰੇ ਪਾਸੇ ਚੱਲ ਰਹੀ ਹੁਣ ਕੀ ਸਨਮਾਨ ਹੋ ਗਏ ਬਈ। ਬਾਰ ਬਾਰ ਉਹਨਾਂ ਨੂੰ ਦੌੜਾ ਪਾਉਂਦੇ ਨੇ, ਇੱਥੋਂ ਤੱਕ ਕਿ ਉੱਥੇ ਡਾਕਟਰ ਰੱਖੇ ਨੇ ਉਹ ਪੰਛੀਆਂ ਦੀ ਸਿਹਤ ਸੰਭਾਲ। ਬਾਬਾ ਸਾਹਿਬ ਮੇਰੀ ਬੇਟੀ ਆਏ ਜ਼ਰੂਰ ਸੁਣ ਲਿਓ, ਅੱਛਾ ਆ ਰਹੇ ਹੋ ਮਾਲਿਆ ਦੇ, ਤੁਸੀਂ ਵੀ ਜਾਓ। ਧੀਆਂ ਦਾ ਸਤਿਕਾਰ ਤਾਂ ਪੂਰੇ ਵਿਸ਼ਵ ਦੇ ਵਿੱਚ, ਧੀਆਂ ਦੇ ਸਤਿਕਾਰ ਦੇ ਵਿੱਚ ਕਦੇ ਕਮੀ ਨਹੀਂ ਆਈ। ਹਮੇਸ਼ਾ ਹੀ ਧੀਆਂ ਦਾ ਜਿਹੜਾ ਬਣਦਾ ਮਾਨ ਸਮਾਨ ਆ, ਜਿਸ ਘਰ ਦੇ ਵਿੱਚ ਧੀ ਨਹੀਂ ਉੱਥੇ ਸੰਸਕਾਰ ਨਹੀਂ ਗੇ, ਧੀ ਤੋਂ ਬਿਨਾਂ ਬੰਦਾ ਬਣ ਜਾਵਾ। ਵਿਧਾਇਕ ਜੀ, ਇੱਕ ਤਰਫ਼ ਤੇ ਜਿਵੇਂ ਮੇਲੇ ਲਗਾਏ ਜਾ ਰਹੇ ਨੇ, ਲੇਕਿਨ ਇੱਕ ਤਰਫ਼ ਇਹ ਦੇਖਿਆ ਜਾ ਰਿਹਾ ਕਿ ਛੋਟੀ ਛੋਟੀ ਬੱਚਿਆਂ ਦੇ ਨਾਲ ਹੀ ਗਲਤ ਕੰਮ ਹੋ ਰਹੇ ਨੇ, ਮਰਡਰ ਹੋ ਰਹੇ ਨੇ। ਲੁਧਿਆਣਾ ਦੇ ਵੀ ਇੱਕ ਘਟਨਾ ਹੋਣੀ ਸਾਹਮਣੇ ਆਈ। ਦੇਖੋ, ਰਾਕਸ਼ ਬੁੱਧੀ ਵਾਲੇ ਬੰਦੇ ਨੇ ਰਾਕਸ਼ਾਂ ਵਾਲਾ ਕੰਮ ਕਰਨਾ ਹੁੰਦਾ। ਜਿਹੜਾ ਧੀਆਂ ਦੇ ਪ੍ਰਤੀ ਕੋਈ ਮਾੜੀ ਸੋਚ ਰੱਖਦਾ, ਉਹਦੀ ਧਰਤੀ ਦੇ ਉੱਤੇ ਕੋਈ ਜਗ੍ਹਾ ਨਹੀਂ। ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਮੌਕੇ ਤੇ? ਆਓ ਆਪਾਂ ਵੱਧ ਚੜ੍ਹ ਕੇ ਧੀਆਂ ਦੇ ਇਸੇ ਤਰ੍ਹਾਂ ਮੇਲੇ ਮਨਾਈਏ। ਧੀਆਂ ਦਾ ਜਿੱਥੇ ਯੋਗਦਾਨ ਹੋਊਗਾ, ਉੱਥੇ ਸਟੇਟ ਤੇ ਦੇਸ਼ ਦੀ ਵੀ ਤਰੱਕੀ ਹੋਊਗੀ। ਹਮੇਸ਼ਾ ਧੀਆਂ ਦਾ ਮਾਨ ਸਨਮਾਨ ਕਰੋ। ਮਾਲਵਾ ਸੱਭਿਆਚਾਰਕ ਮੰਚ ਵੱਲੋਂ ਅੱਜ 28ਵਾਂ ਧੀਆਂ ਦਾ ਲੋਹੜੀ ਮੇਲਾ ਬੜੀ ਸ਼ਰਧਾ ਦੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਇਹਦੀ ਰੱਜ ਕੇ ਸ਼ਲਾਘਾ ਕਰਦਾ, ਕਿਉਂਕਿ ਬਹੁਤ ਵਧੀਆ ਉਪਰਾਲਾ। ਜਦੋਂ ਕਿ ਸਮਾਜ ਦੇ ਵਿੱਚ ਧੀਆਂ ਨੂੰ ਕੁੱਖਾਂ ਵਿੱਚ ਕਤਲ ਕਰਨ ਦੀ ਪਰੰਪਰਾ ਚੱਲਦੀ ਹੈ, ਸਤਿਕਾਰ ਬਹੁਤ ਕਰਦੇ ਮਾਪੇ, ਅਸੀਂ ਕਰਨੀ ਪੰਜੇ ਉਂਗਲਾਂ ਇੱਕੋ ਹੀ ਨਹੀਂ ਹੁੰਦੇ, ਪਰ ਕਿਤੇ ਨਾ ਕਿਤੇ ਇਹ ਜਿਹੜੀ ਹੈ ਕਾਰਵਾਈ ਚੱਲਦੀ ਰਹਿੰਦੀ ਹੈ। ਸਰਕਾਰ ਪੱਖੋਂ ਵੀ ਹਰ ਤਰ੍ਹਾਂ ਦਾ ਸਹਿਯੋਗ ਹੈ ਵੀ ਇਹਨੂੰ ਰੋਕਣ ਦਾ, ਪਰ ਫਿਰ ਵੀ ਦਹੇਜ ਤੋਂ ਡਰਦੇ, ਧੀ ਜੰਮਣ ਤੋਂ ਡਰੋਂ ਡਰ ਤੋਂ ਕੁਝ ਮਾਪੇ ਇਹ ਮਾੜਾ ਕੰਮ ਕਰਦੇ। ਜਿੱਥੇ ਮੈਂ ਉਹਨਾਂ ਦੀ ਨਿੰਦਿਆ ਕਰਦਾ, ਉੱਥੇ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਅੱਜ ਧੀਆਂ ਜਿਹੜੀਆਂ ਨੇ ਪੁੱਤਾਂ ਨੂੰ ਕਿਤੇ ਵੱਧ ਕੇ ਕੰਮ ਕਰਦੀਆਂ, ਵੱਧ ਕੇ ਨਾ ਉੱਚਾ ਕਰਦੀਆਂ। ਇਹਨਾਂ ਨੂੰ ਧੀਆਂ ਨੂੰ ਕੁੱਖਾਂ ਵਿੱਚ ਕਤਲ ਨਾ ਕਰੋ, ਇਹਨਾਂ ਨੂੰ ਜਨਮ ਲੈਣ ਦਾ ਮੌਕਾ ਦਿਓ, ਫਿਰ ਦੇਖੋ ਕਿ ਜਲ ਵੇਖੀ ਤੋਂ ਸਿੱਧੂ ਦਾ ਬੱਚਿਆਂ ਜਨਮ ਲੈਂਦੇ ਆ। ਉਸ ਤੋਂ ਬਾਅਦ ਸਮਾਜ ਦੇ ਕੁਛ ਲੋਕ ਦਰਿੰਦਰ ਜਿਹੜੇ ਨੇ, ਛੋਟੀ ਛੋਟੀ ਬੱਚਿਆਂ ਨੂੰ ਨਹੀਂ ਛੱਡ ਰਹੇ ਗਲਤ ਕੰਮ। ਮੈਂ ਸਮਝਦਾ ਵੀ ਪਿਛਲੇ ਦਿਨੀਂ ਵੀ ਇੱਕ ਘਟਨਾ ਹੋਈ ਹੈ, ਉਹਦੇ 'ਚ ਅੱਜ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ, ਅਤੇ ਮੈਂ ਸਮਝਦਾ ਵੀ ਜਿਹੜਾ ਮੁਜਰਮ ਹੈ ਕਿਸੇ ਹੱਦ ਤੱਕ ਕਿੱਥੇ ਤੱਕ ਭੱਜੂਗਾ। ਅਜਿਹੇ ਜਿਹੜੇ ਘਿਨਾਉਣੇ ਮੁਜਰਮ ਨੇ, ਉਹਨਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਵੀ ਕਰਦਾ, ਅਤੇ ਕੋਸ਼ਿਸ਼ ਵੀ ਕਰਾਂਗੇ ਵੀ ਸਖ਼ਤ ਤੋਂ ਸਖ਼ਤ ਸਜ਼ਾ ਦਵਾ ਕੇ ਇੱਕ ਮੈਸੇਜ ਦੇਈਏ ਵੀ ਇਹ ਧੀਆਂ ਨੂੰ ਦਰਿੰਦਗੀ ਦਾ ਅਜਿਹਾ ਸ਼ਿਕਾਰ ਨਾ ਕਰੋ, ਇਹ ਵੀ ਕਿਸੇ ਨਾਲ ਧੀਆਂ। ਜੀ ਹਾਂ, ਬਿਲਕੁਲ, ਅੱਜ 28ਵਾਂ ਲੋਹੜੀ ਮੇਲਾ ਮਨਾਇਆ ਗਿਆ ਇੱਥੇ ਗੁਰੂ ਨਾਨਕ ਦੇਵ ਭਵਨ 'ਚ।
ਛੋਟੀ ਜਿਹੀ ਉਪਰਾਲਾ ਮਾਲਵਾ ਸੱਭਿਆਚਾਰਕ ਮੰਚ ਦਾ ਬਈ ਲੋਕਾਂ ਨੂੰ ਸੇਧ ਦਿੱਤੀ ਜਾਵੇ ਵੀ ਭਾਈ ਕੁੜੀਆਂ ਵੀ ਕਿਸੇ ਪਾਸਿਓਂ ਕਿਸੇ ਫੀਲਡ 'ਚ ਘੱਟ ਨਹੀਂ ਆ। ਸੋ ਹਰ ਫੀਲਡ 'ਚ ਬੇਟੀ ਅੱਜ ਉਚਾਈਆਂ ਛੂਹ ਰਹੀ ਹੈ। ਸੋ ਇਹ ਇੱਕ ਛੋਟਾ ਜਿਹਾ ਉਪਰਾਲਾ ਅੱਜ ਤੋਂ 30 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਮੁੱਲਾਂਪੁਰ ਮੰਡੀ ਤੋਂ, ਸਵਰਗੀ ਜਸਵਾਲ ਸਾਹਿਬ ਨੂੰ ਇਹ ਫੁਰਨਾ ਫੁਰਿਆ ਸੀ ਤਾਂ ਉਹਨਾਂ ਦੀ ਪਦ ਚਿੰਨ੍ਹਾਂ 'ਤੇ ਚੱਲਦੇ ਹੋਏ ਅੱਜ ਇਹ ਮੇਲਾ 28ਵੇਂ ਵਰ੍ਹੇ 'ਚ ਪ੍ਰਵੇਸ਼ ਕਰ ਗਿਆ। 28 ਮੈਂ ਤਾਂ ਕਹਿ ਰਿਹਾ, 2 ਸਾਲ ਵਿੱਚੋਂ ਕੱਚੇ ਪਿੱਲੇ 'ਚ ਕੱਢ ਦਈਏ ਕਰੋਨਾ ਵਾਲੇ ਤਾਂ 28 ਬਣਦੇ ਆ ਨਾ। ਅੱਜ ਨਜ਼ਰ ਆ ਰਿਹਾ 125 ਪਰਿਵਾਰ ਜਿਹੜੇ ਇੱਥੇ ਪੁੱਛੇ, ਪਿਛਲੀ ਵਾਰੀ 50 ਕੀਤੇ ਸੀਗੇ ਤਾਂ ਇਸ ਵਾਰੀ ਲੋਕਾਂ ਦੀ ਡਿਮਾਂਡ ਜ਼ਿਆਦਾ ਸੀ, 100 ਤੋਂ ਕਰਦੇ ਕਰਦੇ 125 'ਤੇ ਆ ਗਏ। ਹੁਣ 125 ਨਵਜਨਮੀਆਂ ਬੱਚਿਆਂ ਨੂੰ ਜਿੱਥੇ ਮਾਣ ਸਨਮਾਨ ਮਿਲਿਆ, ਉਹਨਾਂ ਦੀਆਂ ਮਾਤਾਵਾਂ ਨੂੰ ਵੀ ਮਾਣ ਸਨਮਾਨ ਮਿਲਿਆ। ਔਰ ਇੱਕ ਛੋਟਾ ਜਿਹਾ ਅਸੀਂ ਉਪਰਾਲਾ ਕਰਦੇ ਹਾਂ ਆਪਣੇ ਵੱਲੋਂ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਵੀ ਲੋਕਾਂ ਨੂੰ ਸੇਧ ਦਿੱਤੀ ਜਾਵੇ ਵੀ ਭਾਈ ਕੁੜੀਆਂ ਦਾ ਮਾਣ ਸਤਿਕਾਰ ਕਰੋ, ਕੁੜੀਆਂ ਨੂੰ ਚੰਗੀ ਐਜੂਕੇਟ ਕਰੋ ਬੱਚਿਆਂ ਨੂੰ ਤਾਂ ਜੋ ਕੁੜੀਆਂ ਮੁੰਡਿਆਂ ਦੇ ਬਰਾਬਰ ਆਪਣਾ ਹੱਕ ਹਕੂਕ ਲੈਣ ਦੇ ਲਈ ਕਾਬਲ ਹੋ ਸਕਣ। ਮੰਚ ਵੱਲੋਂ ਕੀ ਪ੍ਰਦਾਨ ਕੀਤਾ ਗਿਆ ਜੋ ਸਨਮਾਨ ਵਿੱਚ? ਸਨਮਾਨ ਦੇ ਵਿੱਚ ਬੱਚਿਆਂ ਨੂੰ ਸੂਟ ਆ, ਖਿਡੌਣੇ ਆ, 2100 ਰੁਪਏ ਸਗਨ ਆ, ਮਾਵਾਂ ਨੂੰ ਸ਼ਾਲ ਆ ਅਤੇ ਟੋਫੀਆਂ ਨੇ, ਬਿਸਕੁਟ ਹੈ, ਬੱਚਿਆਂ ਦਾ ਸਮਾਨ ਆ ਸਾਰਾ। ਸੋ ਗੱਲ ਤਾਂ ਇਹ ਵੀ ਇਹ ਤਾਂ ਇੱਕ ਬਹਾਨਾ, ਅਸਲ ਗੱਲ ਕੀ ਆ ਵੀ ਲੋਕਾਂ ਨੂੰ ਯਾਰ ਅਵੇਅਰ ਕੀਤਾ ਜਾਵੇ ਵੀ ਕੁੜੀਆਂ ਕਿਸੇ ਪਾਸਿਓਂ ਕਿਸੇ ਵੀ ਫੀਲਡ 'ਚ ਘੱਟ ਨਹੀਂ ਆ। ਗੱਲ ਤਾਂ ਇੱਥੇ ਖੜੀ ਆ ਕੇ ਅੱਜ ਤੋਂ 30 ਸਾਲ ਪਹਿਲਾਂ ਤੁਸੀਂ ਮਾਹੌਲ ਚੇਤੇ ਕਰੋ, ਉਸ ਵੇਲੇ ਕੀ ਮਾਹੌਲ ਹੁੰਦਾ ਸੀ ਪਿੰਡ ਦਾ ਚਾਹੇ ਸ਼ਹਿਰ ਦਾ, ਜਦੋਂ ਕੁੜੀ ਜੰਮ ਪੈਂਦੀ ਸੀ ਤਾਂ ਕਿੱਦਾਂ ਦਾ ਮਾਹੌਲ ਹੁੰਦਾ ਸੀ। ਤਾਂ ਹੁਣ ਕਿਤੇ ਨਾ ਕਿਤੇ ਲੋਕ ਖੁਸ਼ੀਆਂ ਮਨਾਉਂਦੇ ਨੇ। ਅੱਜ ਸਾਨੂੰ ਦੇਖ ਕੇ ਮੈਂ ਸਮਝਦਾ ਵੀ ਹੋਰ ਸ਼ਹਿਰ ਦੀਆਂ 10 ਸੰਸਥਾਵਾਂ ਜਿਹੜੀਆਂ ਨੇ ਲੋਹੜੀ ਮੇਲਾ ਉਹਨਾਂ ਨੇ ਮਨਾਉਣਾ ਸ਼ੁਰੂ ਕਰਤਾ। ਧੀਆਂ ਦਾ ਚੰਗਾ ਸੰਦੇਸ਼ ਦੇ ਰਹੇ, ਲੇਕਿਨ ਸਮਾਜ ਵਿੱਚ ਬਹੁਤ ਸਾਰੇ ਬੱਚਿਆਂ ਦੇ ਨਾਲ ਗਲਤ ਕੰਮ ਹੋ ਰਹੇ ਨੇ। ਬਿਲਕੁਲ, ਇਹ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ, ਦੇਖੋ ਬੈਡ ਐਲੀਮੈਂਟਸ ਹੈਗੇ ਨੇ, ਮਾੜੇ ਅਨਸਰ ਹੁੰਦੇ ਨੇ। ਸਰਕਾਰਾਂ ਵੀ ਆਪਣੇ ਪੱਧਰ 'ਤੇ ਚਲੋ ਕੰਮ ਕਰਦੀਆਂ ਨੇ, ਲੇਕਿਨ ਸਾਨੂੰ ਆਪ ਅਵੇਅਰ ਹੋਣਾ ਪੈਣਾ। ਸਾਨੂੰ ਆਪਣੇ ਮਹੱਲਾ, ਆਪਣੇ ਬਲਾਕ, ਆਪਣੀ ਕਲੋਨੀ ਦੇ ਵਿੱਚ, ਆਪਣੇ ਪਿੰਡ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ ਆਪ ਸਾਨੂੰ ਅਵੇਅਰ ਹੋਣਾ ਪੈਣਾ। ਜੇ ਕਿਤੇ ਮਾੜਾ ਅਨਸਰ ਦਿਖਦਾ ਕਿ ਉਹਦੀ ਨੀਅਤ ਤੁਹਾਨੂੰ ਗਲਤ ਦਿਖਦੀ ਆ ਤਾਂ ਪਹਿਲਾਂ ਹੀ ਡੱਕਿਆ ਜਾਵੇ ਤਾਂ ਜੋ ਕਿਸੇ ਬੱਚੇ ਨਾਲ ਬਦ ਫੈਲੀ ਨਾ ਹੋਵੇ, ਕੋਈ ਬੱਚਾ ਨਜਾਇਜ਼ ਮਾਰਿਆ ਨਾ ਜਾਵੇ, ਕਿਸੇ ਬੱਚੇ ਦਾ ਫਿਊਚਰ ਨਾ ਖਰਾਬ ਹੋ ਜਾਵੇ। ਇਹ ਆਪਾਂ ਨੂੰ ਖੁਦ ਅਵੇਅਰ ਹੋਣਾ ਪੈਣਾ, ਕਿਉਂਕਿ ਯਾਰ ਪੰਜਾਬ ਨਾ 13,000 ਪਿੰਡਾਂ ਦਾ ਨਾਮ ਪੰਜਾਬ ਆ, ਨਸ਼ੇ 'ਚ ਤਾਂ ਪਹਿਲਾਂ ਹੀ ਪੰਜਾਬ ਡੁੱਬਿਆ ਪਿਆ ਸਾਡਾ, ਕੈਮੀਕਲ ਵਾਲੇ ਨਸ਼ੇ, ਚਿੱਟੇ ਚੁੱਟੇ ਜੇ ਕੀ ਆ, ਕੁਛ ਆਹ ਹਰਕਤਾਂ ਹੁੰਦੀਆਂ ਨੇ, ਉਹਦੇ ਨਾਲ ਬਦਨਾਮੀ ਸਮੂਹ ਪੰਜਾਬੀਆਂ ਦੀ ਆ। ਕਿਉਂਕਿ ਇਹ ਗੁਰੂਆਂ ਪੀਰਾਂ ਪੈਗੰਬਰਾਂ ਦਾ ਪੰਜਾਬ ਆ, ਇਹ ਯੋਧਿਆਂ ਸੂਰਵੀਰਾਂ ਦਾ ਪੰਜਾਬ ਆ, ਬਾਬਾ ਨਾਨਕ ਸ਼ਹੀਦ ਭਗਤ ਸਿੰਘ ਇਹੋ ਜਿਹਾ ਪੰਜਾਬ ਤਾਂ ਨਹੀਂ ਸੋਚ ਕੇ ਗਏ ਸੀ। ਸੋ ਸਾਨੂੰ ਆਪ ਵੀ ਥੋੜ੍ਹਾ ਧਿਆਨ ਦੇਣਾ ਚਾਹੀਦਾ, ਸਰਕਾਰਾਂ ਨੇ ਤਾਂ ਜੋ ਕਰਨਾ ਕਰਨਾ, ਸਾਨੂੰ ਵੀ ਫਰਜ਼ ਬਣਦਾ, ਸਾਡਾ ਵੀ ਮੁੱਢਲਾ ਫਰਜ਼ ਬਣਦਾ ਵੀ ਅਸੀਂ ਵੀ ਆਪਣੇ ਮਹੱਲੇ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਜਾਗਰੂਕਤਾ ਲੈ ਕੇ ਆਈਏ ਤਾਂ ਜੋ ਕਿਸੇ ਵੀ ਬੱਚੇ ਦੇ ਨਾਲ ਇਹੋ ਜਿਹੀ ਮਾੜੀ ਘਟਨਾ ਨਾ ਹੋ ਸਕੇ। ਥੈਂਕ ਯੂ।